ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਭਾਰਤ ਪਾਕਿਸਤਾਨ ਦੀ ਹੱਦ ਉੱਤੇ ਵਸੇ ਕਸਬਾ ਡੇਰਾ ਬਾਬਾ ਨਾਨਕ ਦੇ ਵਿੱਚ ਚੋਲੇ ਦਾ ਮੇਲਾ ਬੜੀ ਧੂਮਧਾਮ ਦੇ ਨਾਲ ਮਨਾਇਆ ਗਿਆ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਗਤਾਂ ਬੜੀ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਮੇਲੇ ਦੇ ਵਿੱਚ ਜੁੜੀਆਂ। ਦੱਸਿਆ ਜਾ ਰਿਹਾ ਹੈ ਕਿ ਸਿੱਖ ਗੁਰੂ ਨਾਨਕ ਦੇਵ ਦਾ ਬਹੁਤਾ ਸਮਾਂ ਇੱਥੇ ਹੀ ਬੀਤਿਆ ਸੀ। ਇਹ ਮੇਲਾ 3 ਦਿਨ ਚੱਲਦਾ ਹੈ ਅਤੇ ਗੁਰੂ ਨਾਨਕ ਦੁਆਰਾ ਕੀਤੀ ਗਈ ਚੌਥੀ ਉਦਾਸੀ ਸਮੇਂ ਪਹਿਨਿਆ ਗਿਆ ਚੋਲਾ ਇੱਥੇ ਸੁਸ਼ੋਭਿਤ ਹੈ ਅਤੇ ਸੰਗਤਾਂ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜੁੜਦੀਆਂ ਨੇ ਅਤੇ ਇਸ ਚੋਲੇ ਦੇ ਦਰਸ਼ਨ ਕਰਦੀਆਂ ਨੇ। ਡੇਰਾ ਬਾਬਾ ਨਾਨਕ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ 9ਵੀਂ ਸੰਤਾਨ ਬਾਬਾ ਕਾਵਲੀ ਮੱਲ ਜੀ ਹੋਏ ਹਨ, ਜੋ ਕਿ ਬਹੁਤ ਹੀ ਉੱਚ ਕੋਟੀ ਵਿਦਵਾਨ ਅਤੇ ਖੋਜਕਾਰ ਸਨ। ਉਹਨਾਂ ਨੇ ਖੋਜ ਕੀਤੀ ਹੈ ਅਤੇ ਇਰਾਨ ਦੇ ਵਿੱਚ ਜਾ ਕੇ ਭਾਈ ਤੋਤਾ ਰਾਮ ਜੀ ਦੇ ਪਰਿਵਾਰ ਨੂੰ ਮਿਲ ਕੇ ਗੁਫਾ ਤੱਕ ਪਹੁੰਚੇ ਹੈ। ਉੱਥੋਂ ਚੋਲਾ ਸਾਹਿਬ ਲੈ ਕੇ ਡੇਰਾ ਬਾਬਾ ਨਾਨਕ ਸਨ 1801 ਈਸਵੀ ਵਿੱਚ ਲੈ ਕੇ ਆਏ ਨੇ। 21 ਫੱਗਣ ਦੇਸੀ ਮਹੀਨਾ 21 ਫੱਗਣ ਮਾਰਚ ਦਾ 3 ਮਾਰਚ ਜਾਂ 4 ਮਾਰਚ, ਉਹਦੀ ਯਾਦ ਵਿੱਚ ਹਰ ਸਾਲ ਮੇਲਾ ਸ਼੍ਰੀ ਚੋਲਾ ਸਾਹਿਬ 'ਤੇ ਮਨਾਇਆ ਜਾਂਦਾ ਜੀ। ਲੱਖਾਂ ਦੀ ਸੰਗਤਾਂ ਖੰਡਾਲਾ ਸੈਣੀਆਂ ਤੋਂ, ਮਾਲਵੇ ਤੋਂ, ਦੁਆਬੇ ਤੋਂ ਪੈਦਲ ਚੱਲ ਕੇ ਇੱਥੇ ਆ ਕੇ ਨਤਮਸਤਕ ਹੁੰਦੀਆਂ ਨੇ ਅਤੇ ਗੁਰਨਾਥ ਸਾਹਿਬ ਜੀ ਉਹਨਾਂ ਦੀ ਆਸ ਮੁਰਾਦ ਪੂਰੀ ਕਰਦੇ ਨੇ। ਅਸੀਂ ਰਮਦਾਸ ਤੋਂ ਆਏ ਹੋਏ ਹਾਂ, ਸਾਨੂੰ ਇੱਥੇ ਆਉਂਦੇ 2-3 ਸਾਲ ਲਗਾਤਾਰ ਆਉਂਦੇ ਹਾਂ। ਬਹੁਤ ਵਧੀਆ ਗੁਰਦੁਆਰਾ ਵਾ ਅਤੇ ਬਸ ਹਰ ਇੱਕ ਮਨੋਕਾਮਨਾ ਪੂਰੀ ਹੁੰਦੀ ਆ। ਅਸੀਂ ਇੱਥੇ ਹਰ ਸਾਲ ਮਤਲਬ ਮੇਲਾ ਵੇਖਣ ਆਉਂਦੇ ਹਾਂ। ਬਹੁਤ ਵਧੀਆ ਗੁਰਦੁਆਰਾ ਆ, ਇਸ ਗੁਰਦੁਆਰੇ ਦੇ ਨਾਲ ਚੋਲਾ ਸਾਹਿਬ ਗੁਰਦੁਆਰਾ ਆ, ਇਸ ਗੁਰਦੁਆਰੇ ਦੇ ਨਾਲ ਹੀ ਪਾਕਿਸਤਾਨ ਬਾਰਡਰ ਆ। ਬਹੁਤ ਸੰਗਤ ਸ਼ਰਧਾ ਨਾਲ ਆਉਂਦੀ ਹੈ, ਹਰ ਇੱਕ ਸੰਗਤ ਦੀ ਮਨੋਕਾਮਨਾ ਪੂਰੀ ਹੁੰਦੀ ਹੈ ਅਤੇ ਹੋਰ ਸਾਨੂੰ ਵਧੀਆ ਲੱਗਦਾ ਇਸ ਗੁਰਦੁਆਰੇ ਆ ਕੇ ਮੱਥਾ ਟੇਕਣਾ। ਬਹੁਤ ਵਧੀਆ ਮਤਲਬ ਹਰ ਇੱਕ ਦੀ ਮਨੋਕਾਮਨਾ ਪੂਰੀ ਹੁੰਦੀ ਹੈ।